ਸਾਨੂੰ ਇਸ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਕਿ ਇੱਕ ਸਿੱਖ ਧਰਮ ਵਿਰੋਧੀ ਨੇ, ਕਿਉਂਕਿ ਇੱਥੇ ਪਾੜਾ ਪੈ ਜਾਵੇ। ਸਾਨੂੰ ਕਹਿੰਦੇ ਨੇ ਵੀ ਇਹ ਕਾਮਰੇਡ ਨੇ। ਕੀ ਡੈਫੀਨੇਸ਼ਨ ਹੈ ਬਈ ਕਾਮਰੇਡ ਦੀ? ਕੀ ਹੁੰਦਾ ਹੈ ਕਾਮਰੇਡ? ਅਸੀਂ ਕੰਮ ਕੀ ਕਰ ਰਹੇ ਹਾਂ? ਅਸੀਂ ਕੀ ਇਹੋ ਜਿਹਾ ਕੰਮ ਕਰ ਰਹੇ ਹਾਂ ਜਿਹੜਾ ਕਿਰਤੀਆਂ ਦੇ ਖਿਲਾਫ ਜਾਂਦਾ? ਸਾਡੀ ਕਿਹੜੀ ਇਹੋ ਜਿਹੀ ਕਾਲ ਹੈ ਜਿਹੜੀ ਸਰਕਾਰ ਦੇ ਪੱਖ ਚ ਭੁਗਤਦੀ ਹੈ? ਸਾਡਾ ਕਿਹੜਾ ਇਹੋ ਜਿਹਾ ਸੱਦਾ ਜਿਹੜਾ ਸਰਕਾਰ ਦੇ ਪੱਖ ਚ ਭੁਗਤ ਗਿਆ? ਸਾਡਾ ਕਿਹੜਾ ਇਹੋ ਜਿਹਾ ਸਮਝੌਤਾ ਜਿਹੜਾ ਸਰਕਾਰ ਨਾਲ ਅਸੀਂ ਰਲ ਕੇ ਕਰ ਲਿਆ? ਕੋਈ ਗਿਣਾ ਸਕਦਾ ਬਾਈ? ਇੱਕ ਦਿਨ ਸਿਮਰਜੀਤ ਮਾਨ ਬੋਲੀ ਜਾਂਦਾ ਕਿ ਮੈਂ ਛੰਨਾ ਵਾਲੇ ਦੇ ਢੋਲ ਦੇ ਵਿੱਚ ਅਬਰਾਹਾਂ ਸਾਹਿਬ ਨੂੰ ਪੂਛ ਦਬ ਕੇ ਭੱਜਦਾ ਦੇਖਿਆ। ਉਹ ਬਾਰੇ ਬਾਰੇ ਜਾਈਏ ਅੰਬਰਧਾਰੀ ਸਿੰਘਾ, ਐਡਾ ਵੱਡਾ ਝੂਠ, ਸਿਰ ਤੋਂ ਪੈਰਾਂ ਤੱਕ ਸਿਰੇਆਮ ਦਿਨ ਦੇ ਦਿਹਾੜੇ 2 ਵਜੇ ਦੁਨੀਆਂ ਦੇ ਲੋਕਾਂ ਨੇ ਦੇਖਿਆ। ਉਹ ਦੁਨੀਆਂ ਦੇ ਲੋਕਾਂ ਨੇ ਉਹ ਵੀਡੀਓ ਦੇਖਿਆ ਜਿੱਥੇ ਤੇਰਾ ਨਾਂ ਨਿਸ਼ਾਨ ਵੀ ਨਹੀਂ। ਐਡੇ ਵੱਡੇ ਗੱਪ ਵੱਢੀ ਜਾਂਦੇ ਤੂੰ ਯਾਰ? ਇਹ ਗੁਰਸਿੱਖੀ ਆ? ਤੂੰ ਸਾਡਾ ਇੱਕ ਝੂਠ ਵੀ ਗਿਣਾ ਦੇ, ਇੱਕ ਵੀ ਝੂਠ ਗਿਣਾ ਦੇ। ਤੂੰ ਪ੍ਰਚਾਰ ਕੀਤਾ ਕਿ ਉਗਰਾਹਾਂ ਦੇ ਹਾਲ ਪਾ ਕੇ ਵੀ ਨੰਦ ਕਾਰਜ ਨਹੀਂ ਰਹੇ। 1999 ਕਿਹੜੇ ਸਾਲ ਦੀ ਘਟਨਾ ਦਾ? ਮੇਰਾ ਵਿਆਹ 72 ਚ ਹੋਇਆ ਤੇ ਮੇਰੇ ਹਾਲ 1999 ਚ ਪਾਈ ਜਾਂਦਾ। ਇਹਦੇ ਨਾਨੇ ਨੇ ਚੀਨ ਨੂੰ ਸਰੋਪਾ ਦਿੱਤਾ। ਪਤਾ ਨੀ ਮੇਰਾ ਨਾਨਾ ਮਰਿਆ ਹੋਇਆ, ਮੇਰੇ ਖਿਆਲ ਚ 1878 ਦਾ ਮਰਿਆ ਹੋਇਆ ਮੇਰਾ ਨਾਨਾ, 1879 ਦਾ ਮਰਿਆ ਹੋਇਆ। ਮੈਨੂੰ ਵੀ ਨੀ ਪਤਾ ਵੀ ਕਦੋਂ ਮਰਿਆ। ਤੇ ਇਹ ਜਾਣਦਾ ਹੋਣਾ ਮੇਰੇ ਨਾਨੇ ਦੀ ਮੈਂ ਸ਼ਕਲ ਵੀ ਨਹੀਂ ਦੇਖੀ, ਤੇ ਚੀਨ ਨੂੰ ਸਰੋਪਾ ਦੇ ਜਾਂਦਾ ਉਹ ਅਨਪੜ੍ਹ ਦੂ। ਬਾਰੇ ਬਾਰੇ ਜਾਈਏ ਤੇ ਝੂਠ ਮਾਰਦੇ। ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਲੋਕਾਂ ਦੀਆਂ ਅੱਖਾਂ ਚ ਘੱਟਾ ਨਹੀਂ ਪਾ ਸਕਦੇ, ਇਹ ਲੋਕ ਭਿੜ ਨਹੀਂ ਸਕਦੇ। ਇਹਨਾਂ ਨੇ ਦੇਖਿਆ, ਠੀਕ ਹੈ ਤੁਹਾਡੇ ਸਦਕੇ ਜਾਈਏ ਇਸ ਗੱਲ ਦੇ ਕਿ ਤੁਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ। ਕਿਸੇ ਨੂੰ ਨੀ ਗੁਰਦੁਆਰੇ ਜਾਣੋ ਰੋਕਦੇ, ਕਿਸੇ ਨੂੰ ਨੀ ਅੰਮ੍ਰਿਤ ਛਕਣੋ ਰੋਕਦੇ, ਕਿਸੇ ਨੂੰ 2 ਵਜੇ ਦਾ ਕੈਦੀ ਸਾਹਿਬ ਦਾ ਪਾਠ ਪੜ੍ਹ ਕਰਨ ਨੂੰ ਨੀ ਰੋਕਦੇ, ਕਿਸੇ ਧਰਮ ਦੇ ਖਿਲਾਫ ਨੀ, ਕਿਸੇ ਧਰਮ ਦੇ ਖਿਲਾਫ ਸ਼ਬਦ ਵੀ ਨੀ ਕੱਢਿਆ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਆਪਣੀਆਂ ਸਟੇਜਾਂ ਨੂੰ ਧਾਰਮਿਕ ਰੰਗਤ ਨਹੀਂ ਦੇਣ ਲੱਗੇ। ਇਸ ਗੱਲ ਤੋਂ ਤੁਹਾਨੂੰ ਵਰਜਿਤ ਕਰਦੇ ਹਾਂ ਕਿ ਇੱਕ ਧਰਮ ਦੀ ਨਾ ਬਣਾਓ, ਇੱਕ ਕਿੱਤੇ ਦੀ ਬਣਾਓ, ਇੱਕ ਕਮਿਊਨਿਟੀ ਦੀ ਨਾ ਬਣਾਓ, ਇੱਕ ਸਟੇਟ ਦਾ ਨਾ ਬਣਾਓ। ਅਸੀਂ ਤਾਂ ਕਹਿੰਦੇ ਰਹੇ ਹਾਂ ਕਿ ਦਿੱਲੀ ਦੀ ਸਟੇਟ ਦਿੱਲੀ ਦੇ ਕਿਸਾਨਾਂ ਦੀ, ਹਿੰਦੁਸਤਾਨ ਦੇ ਕਿਸਾਨਾਂ ਦੀ ਸਟੇਜ ਹੈ, ਇਹ ਸਾਂਝੀ ਸਟੇਜ ਰਹੇ। ਦੱਸੋ ਬਾਈ ਇਸ ਗੱਲ ਦੇ ਧਰਮ ਦਾ ਕਿਹੜੇ ਧਰਮ ਦਾ ਨੁਕਸਾਨ ਕਰਦਾ? ਇਸ ਕਰਕੇ ਅਸੀਂ ਇਸ ਗੱਲ ਨੂੰ ਤੋਂ ਸੁਚੇਤ ਆ। ਜਿਹੜੇ ਵੀ ਇਸ ਗੱਲ ਤੇ ਇਹ ਕਹਿਣ ਕਿ ਤੁਸੀਂ ਸਾਡੇ ਮੁਤਾਬਕ ਚੱਲੋ, ਇਹ ਛਿੱਕਾ ਤੁਹਾਡਾ ਕੌਣ ਪ੍ਰਵਾਨ ਕਰੂਗਾ ਬਾਈ? ਜਿਵੇਂ ਅਸੀਂ ਕਹਿੰਦੇ ਐਂ ਕਰੋ, ਜੋ ਤੁਸੀਂ ਹੋ ਐਂ ਕਰੋ, ਜੇ ਨਹੀਂ ਐਂ ਕਰਦੇ ਤਾਂ ਗਾ ਤੁਹਾਡੀ ਮਾਂ ਦੀ, ਤੁਹਾਡੀ ਭੈਣ ਦੀ, ਤੁਹਾਡੀ ਧੀ ਦੀ। ਕਿਹੜੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਾਈ? ਆਦਿ ਗ੍ਰੰਥ ਚੱਕ ਲਓ, ਗੁਰੂ ਗ੍ਰੰਥ ਚੱਕ ਲਓ, ਦਸਮ ਗ੍ਰੰਥ ਚੱਕ ਲਓ, ਸੂਰਜ ਗ੍ਰੰਥ ਚੱਕ ਲਓ, ਜਪਜੀ ਸਾਹਿਬ ਚੱਕ ਲਓ, ਕਿਤੇ ਦਿਖਾ ਦਿਓ ਕਿਤੇ ਪੌੜੀ ਲਿਖੀ ਹੋਵੇ ਕਿ ਗੁਰਸਿੱਖ ਕੋਈ ਗਾਣਾ ਕੱਢਦਾ ਹੋਵੇ। ਇਹਨਾਂ ਨੂੰ ਮਾਰੋ ਸਾਡੇ ਢਿੱਡ ਚ ਟੱਕਰ, ਜੇ ਸਾਡੇ ਨਾਲ ਕੋਈ ਦੁਸ਼ਮਣੀ ਹੈ। ਤੁਹਾਡੀਆਂ ਭੈਣਾਂ ਸਾਡੀਆਂ ਭੈਣਾਂ, ਸਾਡੀਆਂ ਧੀਆਂ ਤੁਹਾਡੀਆਂ ਧੀਆਂ, ਇਹ ਬਖਰੇਵੇਂ ਵਾਲੀ ਗੱਲ ਕਿੱਥੋਂ ਕਦੇ ਸੁਣੀ ਹੈ ਸਾਡੇ ਮੂੰਹੋਂ ਗਾਲ? ਇਸ ਕਰਕੇ ਭਰਾਵੋ ਇਸ ਗੱਲ ਤੋਂ ਸਾਨੂੰ ਸਚੇਤ ਰਹਿਣਾ ਚਾਹੀਦਾ। ਇਹ ਮੋਦੀ ਹਕੂਮਤ ਦਾ ਪੱਤਾ, ਉਹਦਾ ਚਲਾਇਆ ਹੋਇਆ ਪੱਤਾ, ਇਹ ਉਹਦਾ ਮੈਨੂੰ ਲੱਗਦਾ ਇੱਕ ਵੱਡਾ ਹਥਿਆਰ ਹੈ। ਜਿਹੜੇ ਦਿੱਲੀ ਮੋੜ ਤੇ ਚੱਲਦੇ ਰਹੇ ਹਥਿਆਰ ਨੇ, ਉਹਨਾਂ ਨੇ ਹਥਿਆਰ ਦਾ ਇਹ ਜਵਾਬ ਦੇਣ ਦਾ, ਹਥਿਆਰ ਮੋੜ ਦਾ ਜਵਾਬ ਦੇਣ ਦੀ ਗੱਲ ਆ। ਸਾਨੂੰ ਆ ਰਹੇ ਨੇ ਸੱਚੇ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਮਾਸਟਰਾਂ ਨਾਲ, ਗੁਰੂ ਘਰ ਦੇ ਵਿੱਚੋਂ ਆਇਆ ਸਾਡਾ ਵੀ, ਜਦ ਸਾਡੀ ਕੋਈ ਉਹਨਾਂ ਦੀ ਗੁਰੂ ਘਰ ਦੇ ਵਿੱਚ ਕੋਈ ਸਕੂਲ ਸਕਾਲ ਦੀ ਕੋਈ ਆਪਸ ਵਿੱਚ ਹੋਊਗੀ ਵੀ ਸਾਡੀ ਉਹਦੇ ਚ ਮਿਹਨਤ ਕਰੋ। ਅਸੀਂ ਜਾਂਦੇ ਹਾਂ, ਅਸੀਂ ਪ੍ਰੋਗਰਾਮਾਂ ਚ ਜਾਂਦੇ ਹਾਂ, ਅਸੀਂ ਪਾਠਾਂ ਤੇ ਜਾਂਦੇ ਹਾਂ, ਅਸੀਂ ਭੋਗਾਂ ਤੇ ਜਾਂਦੇ ਹਾਂ, ਸਾਡੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦੇ ਨੇ। ਤੇ ਤੁਸੀਂ
ठेका ले लिया, असि ठेकेदार हां, तुसीं असि पंथ, कौन पंथ? की यह संगत है जिहड़ी, यह संगत एडी पागल है, एडी कमली है भी एवें साडी गल सुनी जांदी है? कि ए तो वड्डा कोई हो सकता है कि इन्हां दी गल सुन के असि फैसला नहीं करते, कि इन्हां दे मुताबक असि फैसला नहीं करते? इस करके थोनों इस गल का मैं टॉपिक ते तां मैं टाइम लाया कि जिस दिन भगत सिंह सराभे का दिन सीगा उथे आम चर्चा तो गल रह गई कि भगत सिंह बारे कहा जाता सी भी भगत सिंह का नास्तिक है, करतार सिंह सराभा जिहड़ा वह साडे सिखां दा। कदे कोई भी भगत सिंह सिख कम्यूनिटी के विचों सी, सिख परिवार के विचों जमया सी, करतार सिंह सराभा भी सिख परिवार के विचों जमया सी, पर वो की जिहड़ियां शहादतां होईयां ने, जिहड़ी हुकूमत के खिलाफ लड़े, कि उत्थे कल्ले सिख करके लड़े सी? गदर हुकूमत गदर लहर के विच जिन्ने बंदे आए, सचिंद्र नाथ सहगल, भाई परमानंद जिहड़े उहदे गुरु सी, लाला हरदयाल जिहड़ा करतार सिंह सराभे दे गुरु सी, जिन्हां दे आदेशां ते उह इधर आया सी, उहने लिखिया कि ना कि मैं हिंदी हाँ, ठेठ हिंदी हाँ। उन्हें संकेत भी है हिंद वासी रखना जात सन, हिंदुस्तान की खातर मैं चलिया, हिंदुस्तान आजाद कराना, यह अंग्रेजा काले तो मुक्त कराना, यह उहदा सुपना सी कि किरतां करन वालियां नूं लुटदे ने, यह काम करने वाले लोगों की लुट के इन्हों का खून पीसते ने, यह भाई भगत सिंह का सुपना भी सी, यह करतार सिंह सराभे का भी सुपना सी, ते नानक साहब भी तो यही कहते गए ने, बाबा नानक भी तो यही कह राजे सी मुकदम कुत्ते, उन्होंने कहा भी भारी भाई लालवा का मर्द भागवान का रौला है, जिन्ना चिर मर्द भागवान तो भाई लालवा आजाद नहीं कराने कराने एक किरती लोगों की लुट खत्म नहीं होंगी, इन्हों के खिलाफ भाई लालवा उठना पैना। कि उही काम नहीं असी कर रहे भाई, कि उही काम नहीं हो रहा किसान मूवमेंट के विच? कौन केड़ी जात का, किहड़े धर्म का, कौन किहड़े सूबे का, इस गल का सवाल ही नहीं है। असी अपने किते की राखी करते हैं, साडा राह हो रहा है, चोणा असी नहीं लड़नी, इलेक्शन दे विच हिस्सा नहीं लेना, सरकार असी ने नहीं बनाउणी, आपदे बच्चों की रोटी की राखी करदिआं नूं भी तुसीं फिर भी तुमता लाउंदे हो, तुसीं कामरेड हो, तुसीं फलाणे हो, तुसीं सिख विरोधी हो, तुसीं फलाणे विरोधी हो, तुसीं धमकाड़े हो, पुठे सिद्धे शब्द बोलते हो, वाह जाना चाहिए भाई सुन।